ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਦੇ ਉੱਤੇ ਆਮੀਨ। ਪਿਆਰੇ ਦੋਸਤੋ, ਸਾਰਿਆਂ ਨੂੰ ਜੈ ਯਿਸੂ ਮਸੀਹ ਦੀ। ਅੱਜ ਪਾਤਮਾ ਕਲੇਸੀਆ ਮਾਂ ਮਰੀਅਮ ਦੇ ਬੇਦਾਗ ਦਿਲ ਦੀਦ ਮਨਾਉਂਦੀ ਹੈ। ਕੱਲ੍ਹ ਅਸੀਂ ਸਾਰਿਆਂ ਨੇ ਪ੍ਰਭੂ ਯਿਸੂ ਮਸੀਹ ਦੇ ਪਾਕ ਦਿਲ ਦੀਦ ਮਨਾਈ ਸੀ। ਆਓ, ਜਦ ਅਸੀਂ ਮਾਂ ਮਰੀਅਮ ਦੇ ਬੇਦਾਗ ਦਿਲ ਦੀਦ ਮਨਾ ਰਹੀ ਹਾਂ, ਅੱਜ ਵਚਨ ਦੇ ਉੱਤੇ ਧਿਆਨ ਕਰੀਏ। ਅੱਜ ਦਾ ਪਹਿਲਾ ਪਾਠ ਦੂਜੀ ਪੁਸਤਕ ਉਹਦਾ 24 ਅਧਿਆਇ 17 ਤੋਂ 25 ਹੈ ਤੱਕ। ਅੱਜ ਦੀ ਅੰਜੀਲ ਲੂਕਾ ਦੀ ਉਸਦਾ ਦੂਸਰਾ ਅਧਿਆਇ 41 ਤੋਂ ਲੈ ਕੇ 51 ਹੈ ਤੱਕ। ਪਿਆਰਿਓ, ਮੈਨੂੰ ਯਾਦ ਹੈ ਬਚਪਨ ਦੇ ਵਿੱਚ ਮੈਂ ਅਤੇ ਮੇਰਾ ਰਿਸ਼ਤੇਦਾਰ ਗੁਲਜ਼ਾਰ ਅਸੀਂ ਇੱਕ ਵਾਰੀ ਪਿੰਡ ਦੇ ਵਿੱਚ ਗੁਆਚ ਗਏ। ਅਤੇ ਪਿਆਰਿਓ, ਜਦੋਂ ਇਸ ਦੀ ਖਬਰ ਸਾਡੇ ਮਾਂ ਬਾਪ ਨੂੰ ਰਿਸ਼ਤੇਦਾਰਾਂ ਨੂੰ ਲੱਗੀ ਤਾਂ ਉਹਨਾਂ ਨੂੰ ਭਾਜਣਾ ਪੈ ਗਿਆ। ਉਹ ਸਾਨੂੰ ਲੱਭਣ ਦੇ ਲਈ ਸਾਈਕਲਾਂ 'ਤੇ ਤੁਰ ਕੇ ਗਲੀਆਂ ਗਲੀਆਂ ਦੇ ਵਿੱਚ ਇੱਧਰ ਉੱਧਰ ਜਾਣ ਲੱਗੇ ਅਤੇ ਆਖਰ ਵਿੱਚ ਜਦੋਂ ਉਹਨਾਂ ਨੇ ਸਾਨੂੰ ਲੱਭ ਲਿਆ ਤਾਂ ਸਾਰਿਆਂ ਨੇ ਖੁਸ਼ੀ ਮਨਾਈ ਅਤੇ ਕਹਿਣ ਲੱਗੇ, ਜੌਨ ਦੇ ਘਰ ਹੀ ਲੱਭ ਗਏ ਹਨ। ਪਿਆਰੇ, ਅੱਜ ਦੀ ਅੰਜੀਲ ਦੇ ਵਿੱਚ ਵੀ ਅਸੀਂ ਅਜਿਹਾ ਹੀ ਕੁਝ ਦੇਖਦੇ ਹਾਂ। ਅਸੀਂ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਆਪਣੇ ਮਾਂ ਬਾਪ ਨਾਲੋਂ ਵਿਛੜ ਜਾਂਦੇ ਹਨ ਅਤੇ ਮਾਂ ਮਰੀਅਮ ਅਤੇ ਸੰਤ ਯੂਸਫ ਉਸ ਨੂੰ ਲੱਭਦੇ ਲੱਭਦੇ ਵਾਪਸ ਯਰੂਸ਼ਲਮ ਜਾਂਦੇ ਹਨ ਅਤੇ ਉਹ ਜਦੋਂ ਯਿਸੂ ਨੂੰ ਮਹਾਪੁਰੋਹਿਤਾਂ ਅਤੇ ਧਰਮ ਗ੍ਰੰਥੀਆਂ ਨਾਲ ਬੈਠਿਆਂ ਦੇਖਦੇ ਹਨ ਤਾਂ ਖੁਸ਼ ਹੋ ਜਾਂਦੇ ਹਨ। ਪਿਆਰਿਓ, ਅਸੀਂ ਵੀ ਕਈ ਵਾਰੀ ਯਿਸੂ ਮਸੀਹ ਤੋਂ ਦੂਰ ਹੋ ਜਾਂਦੇ ਹਾਂ, ਕਈ ਵਾਰੀ ਅਸੀਂ ਗੁਆਚ ਜਾਂਦੇ ਹਾਂ, ਪਰਿਵਾਰਾਂ ਦੇ ਵਿੱਚ ਬੈਠੇ ਅਸੀਂ ਗੁਆਚ ਜਾਂਦੇ ਹਾਂ, ਕਈ ਵਾਰੀ ਅਸੀਂ ਆਪਣੇ ਸਮਾਜ ਵਿੱਚ ਗੁਆਚ ਜਾਂਦੇ ਹਾਂ, ਕਈ ਵਾਰੀ ਅਸੀਂ ਆਪਣੇ ਕਾਰੋਬਾਰ ਵਿੱਚ ਗੁਆਚ ਜਾਂਦੇ ਹਾਂ। ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕੀ ਕਰ ਰਹੇ ਹਾਂ, ਘਰ ਦੇ ਵਿੱਚ ਸਾਨੂੰ ਆਪਣੇ ਜੀਆਂ ਦੇ ਬਾਰੇ ਕੋਈ ਨੌਲੇਜ ਨਹੀਂ ਹੁੰਦੀ ਹੈ। ਲੇਕਿਨ ਅੱਜ ਪਿਆਰਿਓ, ਸਾਨੂੰ ਯਿਸੂ ਨੂੰ ਲੱਭਣ ਦੀ ਲੋੜ ਹੈ ਕਿਉਂਕਿ ਅਸੀਂ ਯਿਸੂ ਤੋਂ ਦੂਰ ਹੋ ਚੁੱਕੇ ਹਾਂ ਅਤੇ ਇਹ ਜੋ ਮਹਾਂਮਾਰੀ ਦਾ ਸਮਾਂ ਚੱਲ ਰਿਹਾ ਹੈ ਇਹ ਸਾਡੇ ਕੋਲ ਬਹੁਤ ਵਧੀਆ ਸਮਾਂ ਹੈ ਕਿ ਜਦੋਂ ਅਸੀਂ ਘਰਾਂ ਦੇ ਵਿੱਚ ਬੈਠੇ ਯਿਸੂ ਨੂੰ ਲੱਭ ਲਈਏ, ਯਿਸੂ ਨੂੰ ਆਪਣੇ ਪਰਿਵਾਰਾਂ ਵਿੱਚ ਲੈ ਆਈਏ, ਮਾਂ ਮਰੀਅਮ ਨੂੰ ਵੀ ਆਪਣੇ ਪਰਿਵਾਰਾਂ ਵਿੱਚ ਲੈ ਆਈਏ ਤਾਂ ਕਿ ਮਾਂ ਮਰੀਅਮ ਅਤੇ ਪ੍ਰਭੂ ਯਿਸੂ ਸਾਨੂੰ ਅਤੇ ਸਾਡੇ ਪਰਿਵਾਰਾਂ ਨੂੰ ਆ ਕੇ ਬਰਕਤ ਦੇਣ, ਪਵਿੱਤਰ ਕਰਨ। ਹਾਂ ਪਿਆਰਿਓ, ਅੱਜ ਅਸੀਂ ਸਾਰੇ ਮਿਲ ਕੇ ਉਹਨਾਂ ਲੋਕਾਂ ਦੇ ਲਈ ਦੁਆ ਕਰੀਏ ਜੋ ਪ੍ਰਭੂ ਤੋਂ ਦੂਰ ਨੇ, ਉਹਨਾਂ ਲੋਕਾਂ ਦੇ ਲਈ ਦੁਆ ਕਰੀਏ ਜੋ ਮਾਂ ਮਰੀਅਮ ਦਾ ਤਿਰਸਕਾਰ ਕਰਦੇ ਹਨ, ਖੁਦਾ ਦੀ ਮਾਂ ਦਾ ਤਿਰਸਕਾਰ ਕਰਦੇ ਹਨ, ਕਿ ਪ੍ਰਭੂ ਉਹਨਾਂ ਨੂੰ ਇਸ ਨਾਫਰਮਾਨੀ ਦੀ ਸਜ਼ਾ ਨਾ ਦੇਵੇ ਸਗੋਂ ਉਹਨਾਂ ਨੂੰ ਬਰਕਤਾਂ ਦੇਵੇ। ਹੱਥਾਂ ਨੂੰ ਜੋੜੋ, ਅੱਖਾਂ ਨੂੰ ਬੰਦ ਕਰੋ, ਪ੍ਰਾਰਥਨਾ ਕਰੀਏ। ਪਿਆਰੇ ਖੁਦਾਵੰਦ, ਅੱਜ ਦੇ ਵਚਨ ਦੇ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਇਹ ਪਿਆਰੇ ਖੁਦਾਵੰਦ, ਸਾਨੂੰ ਹਮੇਸ਼ਾ ਤੇਰੀ ਭਾਲ ਕਰਨ ਦੇ ਲਈ ਸਾਨੂੰ ਸ਼ਕਤੀ ਦਿਓ ਅਤੇ ਖਾਸ ਕਰਕੇ ਜੋ ਤੇਰੇ ਤੋਂ ਦੂਰ ਹੋ ਗਏ ਹਨ ਉਹਨਾਂ ਨੂੰ ਵਾਪਸ ਲੈ ਆਓ। ਇਹ ਪ੍ਰਭੂ, ਜੋ ਤੇਰੀ ਮਾਂ ਦਾ ਤਿਰਸਕਾਰ ਕਰਦੇ ਹਨ ਉਹਨਾਂ ਦੇ ਉੱਤੇ ਵੀ ਰਹਿਮ ਕਰੋ। ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ।